ਦੇ ਖਿਲਾਫ ਹੱਲਾ ਬੋਲਿਆ ਗਿਆ ਸੀ। ਪੁਲਿਸ ਨੇ ਭਾਰਤ ਭੂਸ਼ਣ ਆਸ਼ੂ ਬਿੱਟੂ ਦੇ ਉੱਤੇ ਅਤੇ ਸੰਜੇ ਤਲਵਾਰ ਜਿਹੜੇ ਸਾਬਕਾ MLA ਹੈ ਕਈ ਕਾਂਗਰਸੀਆਂ ਤੇ ਮਾਮਲਾ ਦਰਜ ਕੀਤਾ ਸੀ। ਅੱਜ ਇਹ ਗ੍ਰਿਫਤਾਰੀਆਂ ਦੇਣ ਆਏ ਨੇ ਸਾਰੇ ਵਰਕਰ, ਔਰ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਜਿੰਨੇ ਵੀ ਪੁਲਿਸ ਮੁਲਾਜ਼ਮ ਹੈ, ਪੁਲਿਸ ਅਫਸਰ ਹੈ, ਮੌਕੇ ਤੇ ਤੈਨਾਤ ਕੀਤੇ ਗਏ ਨੇ। ਔਰ ਭਾਰੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਮੌਕੇ ਤੇ ਨੇ ਔਰ ਇੱਥੇ ਗ੍ਰਿਫਤਾਰੀਆਂ ਦੇਣ ਪਹੁੰਚੇ ਨੇ, ਕਿਉਂਕਿ ਸਰਕਾਰ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ ਕਾਂਗਰਸੀ ਵਰਕਰਾਂ ਦੇ ਨਾਲ। MP ਰਵਨੀਤ ਸਿੰਘ ਬਿੱਟੂ ਨੇ, ਭਾਰਤ ਭੂਸ਼ਣ ਆਸ਼ੂ ਨੇ, ਔਰ ਤਾਲਾ ਜਿਹੜਿਆ ਗਿਆ ਸੀ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ। ਔਰ ਇਹ ਸਰਕਾਰ ਦੇ ਖਿਲਾਫ ਕਿਹਾ ਗਿਆ ਸੀ ਕਿ ਜਿਹੜੇ ਕੰਮ ਹੈ ਨਗਰ ਨਿਗਮ ਦੇ ਵਿੱਚ ਉਹ ਹੁੰਦੇ ਨਹੀਂ, ਕਰਪਸ਼ਨ ਚੱਲਦੀ ਹੈ, ਔਰ ਨਾਲ ਹੀ ਜਿਹੜੇ ਘੁਟਾਲੇ ਹੁੰਦੇ ਨੇ ਨਗਰ ਨਿਗਮ ਦੇ ਵਿੱਚ ਦੋਸ਼ ਲਾਏ ਸੀ ਉਸ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ। ਪਰ ਅੱਜ ਗ੍ਰਿਫਤਾਰੀਆਂ ਦੇਣ ਪਹੁੰਚੇ ਨੇ MP ਰਵਨੀਤ ਸਿੰਘ ਬਿੱਟੂ ਦੇ ਕਾਂਗਰਸੀ ਵਰਕਰ, ਔਰ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਬੈਰੀਗੇਟ ਪੂਰੀ ਤਰ੍ਹਾਂ ਕੀਤਾ ਗਿਆ ਕਮਿਸ਼ਨਰ ਦਫ਼ਤਰ, ਤੁਸੀਂ ਤਸਵੀਰਾਂ ਮੌਕੇ ਦੀਆਂ ਦੇਖ ਰਹੇ ਹੋ ਕਿ ਜਿਹੜੇ ਕਾਂਗਰਸੀ ਵਰਕਰ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਪੁਲਿਸ ਮੁਲਾਜ਼ਮ ਹੈ, ਪੁਲਿਸ ਅਫਸਰ ਹੈ, ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਕਾਫੀ ਇਹ ਮਾਮਲਾ ਜਿਹੜਾ ਹੈ ਗ੍ਰਿਫਤਾਰੀ ਦੇ ਨਾਲ ਜੁੜਿਆ, ਔਰ ਕਾਂਗਰਸੀ ਵਰਕਰਾਂ ਦੇ ਵਿੱਚ ਰਵੇਸ਼ ਵੇਖਣ ਨੂੰ ਮਿਲ ਰਿਹਾ। ਰਵਨੀਤ ਸਿੰਘ ਬਿੱਟੂ ਇਸ ਧਰਨੇ ਦੇ ਵਿੱਚ ਗ੍ਰਿਫਤਾਰੀ ਦੇਣ ਲਈ ਇੱਥੇ ਪਹੁੰਚੇ ਹੋਏ ਨੇ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ। ਔਰ ਕਾਂਗਰਸੀ ਵਰਕਰ ਬੈਰੀਗੇਡ ਦੇ ਨਾਲ ਪੂਰੀ ਤਰ੍ਹਾਂ ਉੱਥੇ ਡਟੇ ਹੋਏ ਨੇ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਪੁਲਿਸ ਮੁਲਾਜ਼ਮ ਅੱਗੇ ਨਹੀਂ ਵਧਣ ਦੇ ਰਹੇ, ਕਿਉਂਕਿ ਹਰ ਇੱਕ ਦੇ ਹੱਥੇ ਦੱਸੀ ਹੈ ਕਿ ਮੈਂ ਵੀ ਇਸ ਧਰਨੇ ਵਿੱਚ ਸ਼ਾਮਲ ਸੀ, ਮੇਰੀ ਵੀ ਗ੍ਰਿਫਤਾਰੀ ਕਰੋ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਸਰਕਾਰ ਦੇ ਖਿਲਾਫ, ਔਰ ਮਾਮਲਾ ਦਰਜ ਹੋਣ ਤੋਂ ਬਾਅਦ ਕਾਂਗਰਸੀ ਵਰਕਰ ਰੋਸ ਵਿੱਚ ਨੇ ਤੇ ਆਪਣੀ ਜਨਤਾ ਦੀ ਆਵਾਜ਼ ਜਿਹੜੀ ਹੈ ਇਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ, ਕਾਨੂੰਨ ਵਿਵਸਥਾ ਹੈ, ਕਾਂਗਰਸ ਦਾ ਦੋਸ਼ ਕਿ ਆਮ ਆਦਮੀ ਪਾਰਟੀ ਦੀ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ, ਚਾਹੇ ਉਹ ਲੁਧਿਆਣੇ ਦੇ ਵਿਕਾਸ ਕੰਮਾਂ ਦੀ ਗੱਲ ਕਰੀਏ, ਚਾਹੇ ਹੋਰ ਵੀ ਕਾਰਪੋਰੇਸ਼ਨ ਦਫ਼ਤਰਾਂ ਦੇ ਵਿੱਚ ਕੰਮਾਂ ਦੀ ਗੱਲ ਕਰੀਏ, ਕੋਈ ਵੀ ਕੰਮ ਨਹੀਂ ਹੋ ਰਹੇ। ਇਸੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਧਰਨਾ ਦਿੱਤਾ ਸੀ ਪਰ ਪਹੁੰਚ ਰਹੇ। ਰਵਨੀਤ ਬਿੱਟੂ, ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਅਤੇ MLA ਸੰਜੇ ਤਲਵਾੜ ਅਤੇ ਸੌ ਦੇ ਮਾਮਲੇ ਦਰਜ ਕੀਤਾ ਸੀ। ਔਰ ਅੱਜ ਜਿੰਨੇ ਵੀ ਕਾਂਗਰਸੀ ਵਰਕਰ ਹੈ ਇਹ ਭਾਰਤ ਭੂਸ਼ਣ ਆਸ਼ੂ ਤੇ ਰਵਨੀਤ ਸਿੰਘ ਬਿੱਟੂ ਨਾਲ ਗ੍ਰਿਫਤਾਰੀ ਦੇਣ ਪਹੁੰਚੇ ਨੇ। ਔਰ ਥੋੜੀ ਦੇਰ ਬਾਅਦ, ਕਿਉਂਕਿ ਰਵਨੀਤ ਬਿੱਟੂ ਇਸ ਭੀੜ ਦੇ ਵਿੱਚ ਇਸ ਕਾਂਗਰਸੀ ਵਰਕਰਾਂ ਦੇ ਨਾਲ ਥੋੜੀ ਦੇਰ ਬਾਅਦ ਇੱਥੇ ਵਿਖਾਈ ਦੇਣਗੇ, ਭਾਰਤ ਭੂਸ਼ਣ ਆਸ਼ੂ ਵੀ ਇੱਥੇ ਹੋਣਗੇ। ਧੱਕਾ ਮੁੱਕੀ ਸ਼ੁਰੂ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਤਸਵੀਰਾਂ, ਧੱਕਾ ਮੁੱਕੀ ਸ਼ੁਰੂ ਹੋ ਚੁੱਕੀ ਹੈ ਕਾਂਗਰਸੀ ਵਰਕਰਾਂ ਦੇ ਨਾਲ, ਜਿਹੜੀਆਂ ਕਾਂਗਰਸੀ ਮਹਿਲਾਵਾਂ ਨੇ ਉਹਨਾਂ ਨਾਲ ਧੱਕਾ ਮੁੱਕੀ ਸ਼ੁਰੂ ਹੋ ਗਈ ਹੈ। ਜਿੰਨੀਆਂ ਵੀ ਕਾਂਗਰਸੀ ਵਰਕਰ ਹੈ ਪੁਲਿਸ ਦੇ ਨਾਲ ਧੱਕਾ ਮੁੱਕੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਮੁੱਕੇ ਸਾਹਮਣੇ ਆ ਰਹੀਆਂ ਨੇ। ਔਰ ਕਾਂਗਰਸੀ ਵਰਕਰ ਅੱਗੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ, ਕਮਿਸ਼ਨ ਦਫ਼ਤਰ ਦੇ ਅੰਦਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਨੇ ਪੂਰਾ ਇਹ ਜਿਹੜਾ ਕਮਿਸ਼ਨ ਦਫ਼ਤਰ ਦਾ ਇਲਾਕਾ ਪੂਰਾ ਦਫ਼ਤਰ ਦੇ ਬਾਹਰ ਇਸ ਨੂੰ ਬੈਰੀਗੇਡ ਕੀਤਾ ਹੋਇਆ, ਔਰ